ਹੁਣ ਤੁਸੀਂ ਆਪ ਹਿਸਾਬ ਲਾਓ ਵੀ ਸਿੱਖਾਂ ਦੀ ਸ਼੍ਰੋਮਣੀ ਜਿਹੜੀ ਹੈਗੀ ਆ ਸੰਸਥਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਔਰ ਉਹਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਇਹ ਜਿਨ੍ਹਾਂ ਦਾ ਆਪਾਂ ਕਲਿੱਪ ਸੁਣਾਉਣ ਲੱਗੇ ਹਾਂ ਇਹਦੇ ਉੱਤੇ ਪਿਛਲੇ ਦਿਨੀ ਇਹ ਕੈਨੇਡਾ ਆਏ ਆ ਉੱਥੇ ਸਰੀ ਚ ਆਏ ਆ ਉੱਥੇ ਸ਼ਾਇਦ ਕੋਈ ਮਸਲਾ ਚੱਲਦਾ ਪਿਆ ਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੇ ਸੰਬੰਧ ਦੇ ਵਿੱਚ ਉਸ ਸੰਬੰਧ ਦੇ ਵਿੱਚ ਕੋਈ ਕਮੇਟੀ ਬਣੀ ਹੋਣੀ ਦੋ ਚਾਰ ਮੈਂਬਰਾਂ ਦੀ ਤੇ ਉਹਦਾ ਜਾਇਜ਼ਾ ਲੈਣ ਵਾਸਤੇ ਉਹ ਦੌਰਾ ਕਰਨ ਵਾਸਤੇ ਆਇਆ ਪਰ ਅਸਲ ਦੇ ਵਿੱਚ ਪਤਾ ਕੀ ਹੁੰਦਾ ਇਹ ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ ਸੀ ਇਸ ਬਹਾਨੇ ਦੇ ਉੱਤੇ ਕੇਵਲ ਬਾਹਰਲੇ ਮੁਲਕਾਂ ਦੀ ਸੈਰ ਕੀਤੀ ਜਾਂਦੀ ਆ ਨਾ ਤੇ ਜਿਹਨਾਂ ਲੋਕਾਂ ਦੀ ਕਮੇਟੀ ਬਣਾਈ ਜਾਂਦੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਫੈਸਲੇ ਜਿਹੜੇ ਹੋਣੇ ਉਹ ਪਹਿਲਾਂ ਕੀਤੇ ਹੋਏ ਹੁੰਦੇ ਉਹਨਾਂ ਦੇ ਜੋ ਵੀ ਹੋਣੇ ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ ਸੀ ਤੁਹਾਡੇ ਨਾਲ ਜਦੋਂ ਇੱਕ ਸੰਨੀ ਦਿਓਲ ਦੀ ਫਿਲਮ ਆਈ ਸੀ ਇੱਕ ਮੈਨੂੰ ਨਾਂ ਉਹਦਾ ਭੁੱਲ ਗਿਆ ਉਹਦੇ ਉੱਤੇ ਕਾਫੀ ਰੌਲਾ ਪਿਆ ਸੀਗਾ ਵੀ ਉੱਥੇ ਪਾਬੰਦੀ ਲੱਗਣੀ ਚਾਹੀਦੀ ਆ ਉਸ ਵੇਲੇ ਵਿਦਾਂਤੀ ਸੀ ਜਥੇਦਾਰਾਂ ਨੇ ਪੰਜ ਜਾਣਿਆਂ ਦੀ ਜਿੱਦਾਂ ਕਮੇਟੀ ਬਣਾ ਕੇ ਭੇਜ ਦਿੱਤੀ ਸੀ ਬੰਬੇ ਵੀ ਤੁਸੀਂ ਜਾ ਕੇ ਪਹਿਲਾਂ ਫਿਲਮ ਦੇਖੋ ਤੇ ਉਹ ਤੋਂ ਬਾਅਦ ਫਿਰ ਆਪਾਂ ਉਹਤੇ ਫੈਸਲਾ ਕਰਾਂਗੇ ਉਹ ਜਿਹੜੀ ਪੰਜ ਜਾਣੇ ਦੀ ਕਮੇਟੀ ਬਣਾਈ ਸੀ ਉਹਦੇ ਵਿੱਚ ਮੇਰਾ ਇੱਕ ਜਾਣ ਪਛਾਣ ਸੀਗਾ ਗਿਆਨੀ ਸਰਬਜੀਤ ਸਿੰਘ ਹੀ ਆ ਜਿੱਦਾਂ ਉਹਦੇ ਕਈ ਪ੍ਰਸੰਗ ਤੁਸੀਂ ਸੁਣਦੇ ਵੀ ਅੱਜ ਕੱਲ੍ਹ ਤਾਂ ਕਾਫ਼ੀ ਕਰਾਮਾਤੀ ਕਹਾਣੀਆਂ ਉਹ ਸੁਣਾਉਂਦਾ ਜਿੱਦਾਂ ਤੇ ਉਹਨਾਂ ਖੁਦ ਮੈਨੂੰ ਦੱਸਿਆ ਕਹਿੰਦਾ ਵੀ ਅਸੀਂ ਇੱਥੇ ਬੰਬੇ ਗਏ ਹਾਂ ਦੋ ਤਿੰਨ ਦਿਨ ਕਹਿੰਦਾ ਸਾਨੂੰ ਵੱਡੇ ਵੱਡੇ ਹੋਟਲਾਂ 'ਚ ਰੱਖਿਆ ਕਹਿੰਦਾ ਫਿਲਮ ਤਾਂ ਦੇਖੀ ਨਹੀਂ ਕਹਿੰਦਾ ਸੀ ਦੋ ਤਿੰਨ ਦਿਨ ਉੱਥੇ ਘੁਮਾ ਫਿਰਾ ਕੇ ਤੇ ਸਾਨੂੰ ਵਾਪਸ ਭੇਜ ਦਿੱਤਾ ਤੇ ਨਾਲ ਕਹਿਤਾ ਜੀ ਪੰਜ ਸਿੰਘਾਂ ਨੇ ਕਲੀਨ ਚਿੱਟ ਦੇਤੀ ਆ ਕਹਿੰਦਾ ਵੀ ਪਤਾ ਨੀ ਲੱਗਾ ਕਿੱਥੇ ਫੈਸਲੇ ਹੋ ਗਏ ਕਿੱਥੇ ਕਿੱਥੇ ਵਿਕ ਜਾਂਦਾ ਬੰਦਾ ਜਿਹੜਾ ਹੈਗਾ ਵਾ ਪਤਾ ਵਿਕਣ ਵਾਲੇ ਨੂੰ ਨੀ ਪਤਾ ਹੁੰਦਾ ਵੀ ਕੀ ਹੋ ਰਿਹਾ ਤੇ ਉਹ ਫਿਲਮ ਨੂੰ ਕਲੀਨ ਚਿੱਟ ਦੇਤੀ ਵੀ ਪੰਜਾਂ ਸਿੰਘਾਂ ਨੇ ਦੇਖ ਲਈ ਆ ਪਾਸ ਕਰ ਦਿੱਤੀ ਆ ਜਦਕਿ ਉਹਨਾਂ ਨੇ ਫਿਲਮ ਦੇਖੀ ਨੀ ਤਿੰਨ ਚਾਰ ਦਿਨ ਕਹਿੰਦਾ ਵੱਡੇ ਵੱਡੇ ਹੋਟਲਾਂ ਦੇ ਵਿੱਚ ਸਾਨੂੰ ਘੁਮਾਇਆ ਖਾਣਾ ਖੁਣਾ ਖਵਾਇਆ ਘੁਮਾ ਫਿਰਾ ਕੇ ਸਾਨੂੰ ਵਾਪਸ ਭੇਜ ਦਿੱਤਾ ਤੇ ਦੂਸਰੀ ਗੱਲ ਹੈਗੀ ਆ ਵੀ ਇਹਨਾਂ ਦੀ ਓਨੀ ਯੋਗਤਾ ਹੁੰਦੀ ਵੀ ਨੀ ਹੈਗੀ ਅਬਿਲਿਟੀ ਹੁੰਦੀ ਵੀ ਨੀ ਹੈਗੀ ਇਹਨਾਂ ਦੇ ਵਿੱਚ ਨਹੀਂ ਤਾਂ ਹੁਣ ਐਡਾ ਉੱਚਾ ਅਹੁਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਉੱਤੇ ਸਵਾਲ ਕੀ ਕੀਤਾ ਗਿਆ ਤੇ ਉਹਦਾ ਜਵਾਬ ਉਹ ਕੀ ਦੇ ਰਿਹਾ ਤੁਸੀਂ ਉਹ ਮਾੜਾ ਜਿਹਾ ਸਰੋਤਿਆਂ ਨੂੰ ਸੁਣਾ ਦਿਓ ਆਪਾਂ ਦੋ ਮਿੰਟ ਦਾ ਹੈਗਾ ਆਪਾਂ ਉਹਨੂੰ ਵਿਚਾਰ ਲੈਂਦੇ ਹੈਗਾ ਤਾਂ 5 ਮਿੰਟ ਦਾ ਪਰ ਆਪਾਂ 2 ਮਿੰਟ ਉਹਦੇ ਚੋਂ ਵਿਚਾਰ ਲੈਂਦੇ ਬਾਕੀ ਵੀ ਉਹਨੇ ਆਈ ਜਬਲੀਆਂ ਮਾਰੀਆਂ ਹੋਈਆਂ ਠੀਕ ਹੈ ਜੀ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਸੁਰਜੀਤ ਸਿੰਘ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਫੀ ਉੱਚੇ ਅਹੁਦੇ ਤੇ ਆ ਇਸ ਵੇਲੇ ਤੇ ਜਿਹੜਾ ਤੁਸੀਂ ਇਸ ਵੇਲੇ ਸਰੀ ਚ ਵਿਦੇਸ਼ ਵਿੱਚ ਬੜੇ ਇੱਕ ਅਹਿਮ ਕੰਮ ਲਈ ਆਏ ਹੋਏ ਆ ਜਿਹੜਾ ਇੱਕ ਬਹੁਤ ਹੀ ਵੱਡਾ ਸਵਾਲ ਜਿਹੜਾ ਮੈਂ ਤੁਹਾਨੂੰ ਹਮੇਸ਼ਾ ਪੁੱਛਣਾ ਚਾਹੁੰਦੀ ਹਾਂ ਉਹ ਸਾਰੇ ਜਾਣਨਾ ਚਾਹੁੰਦੇ ਆ ਕਿ ਸਾਡੇ ਸਭ ਤੋਂ ਉੱਚ ਸਥਾਨ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਵਿੱਚ ਜਿੱਥੇ ਕਿ ਵੈਸੇ ਤਾਂ ਸਾਡੇ ਧਰਮ ਵਿੱਚ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਆ ਪਰ ਇਸ ਗੱਲ ਦਾ ਅਜੇ ਵੀ ਦੁੱਖ ਹੈ ਕਿ ਅਜੇ ਵੀ ਔਰਤਾਂ ਨੂੰ ਉੱਥੇ ਬੈਠ ਕੇ ਮੇਨ ਮੁੱਖ ਜਗ੍ਹਾ 'ਤੇ ਜਿੱਥੇ ਕੀਰਤਨ ਕਰਦੇ ਆ ਅਜੇ ਵੀ ਔਰਤਾਂ ਨੂੰ ਉਹ ਹੱਕ ਨਹੀਂ ਮਿਲਿਆ ਕੀ ਕਹਿਣਾ ਚਾਹੁੰਦੇ ਆ ਕੀ ਕਾਰਨ ਹੈ ਇਹਦੇ ਪਿੱਛੇ ਇਹ ਬੀਬੀ ਪ੍ਰਭਜੋਤ ਕੌਰ ਕਾਹਲੂ ਆ ਜਿਹਨੇ ਉਹਦੇ 'ਤੇ ਇਹ ਸਵਾਲ ਕੀਤਾ ਆ ਠੀਕ ਹੈ ਜੀ ਵੀ ਬੀਬੀਆਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਮੇਰੇ ਖਿਆਲ ਕਿਰਨਜੋਤ ਕੌਰ ਜਿਹੜੀ ਹੈਗੀ ਉਹਨੇ ਅੱਜ ਵੀ ਇਹ ਸਵਾਲ ਰੇਜ਼ ਕੀਤਾ ਵਾ ਮੈਂ ਅੱਜ ਹੀ ਫੇਸਬੁੱਕ ਦੇ ਉੱਤੇ ਪੜ੍ਹਦਾ ਪਿਆ ਸੀ ਅੱਜ ਇਹਨਾਂ ਦੀ ਕੋਈ ਮੀਟਿੰਗ ਵੀ ਹੈਗੀ ਆ ਇਹਨਾਂ ਦੀ ਸ਼੍ਰੋਮਣੀ ਕਮੇਟੀ ਐਗਜੈਕਟਿਵ ਦੀ ਸ਼ਾਇਦ ਵੀ ਸ਼ਾਇਦ ਉਹਦੇ ਵਿੱਚ ਉਹ ਕਹਿੰਦੀ ਵੀ ਕੋਈ ਮਤਾ ਤੁਸੀਂ ਪਾਸ ਕਰੋ ਮੈਂ ਆਸ ਕਰਦੀ ਹਾਂ ਤੇ ਪਰ ਇਹ ਪ੍ਰਭਜੋਤ ਕੌਰ ਕਾਹਲੋਂ ਉਹਨੇ ਉਹ ਸਵਾਲ ਕੀਤਾ ਵਾ ਵੀ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਔਰ ਇਹਦੇ ਉੱਤੇ ਜਵਾਬ ਦੇਣ ਵਾਲੇ ਹੈਗੇ ਆ ਇਹਨਾਂ ਦਾ ਨਾਂ ਹੈਗਾ ਸੁਰਜੀਤ ਸਿੰਘ ਪਿੱਟੀ ਵਿੰਡਿਆ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਤੇ ਜਿਹੜਾ ਜਵਾਬ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਉਹ ਤੁਸੀਂ ਸੁਣੋ ਠੀਕ ਹੈ ਹਾਂਜੀ ਬਹੁਤ ਵੱਡਾ ਸਥਾਨ ਦਿੱਤਾ ਬਿਲਕੁਲ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਔਰਤ ਦਾ ਬਹੁਤ ਬੁਰਾ ਹਾਲ ਸੀ ਉਹਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਬਹੁਤ ਉੱਚਾ ਅਹੁਦਾ ਦਿੱਤਾ ਸੋ ਅੱਜ ਤੱਕ ਸਾਡੇ ਸਮਾਜ 'ਚ ਬਰਾਬਰ ਸਮਝਿਆ ਗਿਆ ਪਰ ਸਾਡੀ ਸਿੱਖ ਰਹਿਤ ਮਰਿਆਦਾ 'ਚ ਇਹ ਇੱਕ ਗੱਲ ਪਾਈ ਹੈ ਵੀ ਇਹ ਕੋਈ ਵੀ ਬੀਬੀ ਜਿਹੜੀ ਉਹ ਉੱਥੇ ਕੀਰਤਨ ਨਹੀਂ ਕਰ ਸਕਦੀ ਜਾਂ ਨਹੀਂ ਬਹਿ ਸਕਦੀ ਸੋ ਇਸ ਵਾਸਤੇ ਸਾਡੀ ਮਰਿਆਦਾ ਦਾ ਇੱਕ ਕਿੱਸਾ ਸਾਨੂੰ ਹੋਰ ਕੋਈ ਇੱਕ ਪੰਥਕ ਵੱਡਾ ਸਵਾਲ ਆ ਸੋ ਇਹਦੇ ਲਈ ਕਿਉਂ ਮੈਂ ਸਮਰੱਥ ਨਹੀਂ ਇਹ ਸਮਰੱਥ ਹੈ ਅਕਾਲ ਤਖਤ ਸਾਹਿਬ ਉਹ ਤੁਹਾਨੂੰ ਜਿਹੜਾ ਇਹਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਆ ਵੀ ਸਾਡੀ ਅਜੇ ਤੱਕ ਮਰਿਆਦਾ ਜਿਹੜੀ ਆ ਮਰਿਆਦਾ 'ਚ
अजे तक उथे ये गल नहीं है ना साढ़े गुरु साहबान ने यह किया वेखो लड़ाइया माता भागो ने भी लड़ी ठीक है ना होर भी बीबियां जानी के सीनियर वाइस प्रेसिडेंट ये कह रहा भी साड़ी रहत मर्यादा दे विच लिखिया होया वा भी बीबियां दरबार साहब च कीर्तन नहीं कर सकदी यानी गुरु साहब ने बड़ियाई दित्ती आ माण दित्ता आ बराबरी दित्ती आ बाकी सारा कुछ ठीक आ पर साड़ी मर्यादा च ये लिखिया पे कीर्तन नहीं कर सकती बिलकुल हालांकि सिख रहत मर्यादा विच किते भी ये गल दा जिक्र नहीं किया होया बल्कि उत्थे जिथे कीर्तन दी गल आई उत्थे ते आ गया मर्द जां औरत दोनां विचों कोई भी कीर्तन कर सकदा रहत मर्यादा ने तां पंजां प्यारियां दे विच भी बीबी नूं अमृत संचार लई भी आग्या दित्ती होवा बिलकुल 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 ਤੁਸੀਂ ਅਗਲਾ ਸਵਾਲ ਸੁਣੋ ਮਾੜਾ ਜਿਹਾ ਹੋਰ ਥੋੜਾ ਜਿਹਾ ਹਾਂਜੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਨੇ ਰਹਿਤ ਮਰਯਾਦਾ ਨਹੀਂ ਪੜ੍ਹੀ ਹੋਈ ਤੁਸੀਂ ਸੁਣੋ ਹਾਂਜੀ ਵਾਮਾ ਵਧੀਆ ਦਿੰਦੇ ਰਹੀਆਂ ਪਰ ਇੱਥੇ ਆ ਕੇ ਜਿਹੜੀ ਸਾਡੀ ਮਰਯਾਦਾ ਸੀ ਉਹ ਤੇ ਕਿੰਨੇ ਤੈਅ ਕੀਤੀ ਹੈ ਮਰਯਾਦਾ ਕਿੱਥੇ ਲਿਖਿਆ ਆ ਗ੍ਰੰਥ ਸਾਹਿਬ ਦੇ ਵਿੱਚ ਕਿ ਇਹ ਮਰਿਆਦਾ ਹੈਗੀ ਆ ਕਿ ਉੱਥੇ ਸਿਰਫ ਇਨਸਾਨ ਬੰਦਾ ਹੀ ਬੈਠ ਕੇ ਕੀਰਤਨ ਕਰ ਸਕਦਾ ਔਰਤ ਨਹੀਂ ਕਰ ਸਕਦੀ ਮੈਂ ਤਾਂ ਮੈਂ ਅੱਜ ਹੀ ਮਰਿਆਦਾ ਪੜ੍ਹ ਲਿਆ ਮਰਿਆਦਾ ਸਾਡੀ ਜਿਹੜੀ ਸਿੱਖ ਮਰਿਆਦਾ 1945 ਚ ਗੁਰਸਿੱਖਾਂ ਨੇ ਬਹਿ ਕੇ ਵੀ ਤਿਆਰ ਕੀਤੀ ਆ ਉਹਦੇ 'ਚ ਵੀ ਇਹ ਮਤਲਬ ਸਵਾਲ ਦਾ ਜਵਾਬ ਹੈਗਾ ਵੀ ਕੋਈ ਬੀਬੀ ਉੱਥੇ ਨਹੀਂ ਬਹਿ ਸਕਦੀ 1945 ਦੀ ਕਿਉਂ ਤੁਹਾਨੂੰ ਨਹੀਂ ਲੱਗਦਾ ਇੱਥੇ ਸੋਧ ਕਰਨ ਦੀ ਲੋੜ ਹੈ ਸਮੇਂ ਦੇ ਨਾਲ ਜੇ ਇੰਨੀ ਔਰਤ ਨੇ ਤਰੱਕੀ ਕਰ ਲਈ ਇਹਦਾ ਗੁਰਸਿੱਖਾਂ ਨੇ ਮਰਯਾਦਾ ਤਿਆਰ ਕੀਤੀ ਆ 1945 ਦੇ ਵਿੱਚ ਤਾਂ ਉਹਦੇ 'ਚ ਲਿਖਿਆ ਹੋਇਆ ਵੀ ਹੁਣ ਹੁਣ ਕੋਈ ਜਾਣੀ ਕਿ ਕੋਈ ਆਮ ਬੰਦਾ ਨਹੀਂ ਇਹ ਜਵਾਬ ਦੇ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਹ ਜਵਾਬ ਦੇ ਰਿਹਾ ਬੱਤੀ ਪੰਨੇ ਹੈਗੇ ਕੱਲਾ ਕੱਲਾ ਪੰਨਾ ਪੜ੍ਹਨੇ ਅਸੀਂ ਆਪਣੀ ਜ਼ਿੰਦਗੀ ਚ ਹਜ਼ਾਰਾਂ ਵਾਰੀ ਪੜ੍ਹਿਆ ਹੋਣਾ ਸਾਨੂੰ ਤੇ ਅੱਜ ਤੱਕ ਨੀ ਉਹ ਲੱਭਾ ਕਿਤੇ ਵੀ ਜਿਹਦੇ ਵਿੱਚ ਲਿਖਿਆ ਹੋਵੇ ਵੀ ਬੀਬੀ ਜਿਹੜੀ ਹੈਗੀ ਦਰਬਾਰ ਸਾਹਿਬ ਚ ਬਹਿ ਕੇ ਕੀਰਤਨ ਨਹੀਂ ਕਰ ਸਕਦੀ ਜਾਣੀ ਕਿ ਆਪਣੀਆਂ ਕਮਜ਼ੋਰੀਆਂ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਵਾਸਤੇ ਰਹਿਤ ਮਰਯਾਦਾ ਦਾ ਨਾਮ ਵਰਤਿਆ ਜਾ ਰਿਹਾ ਜਾਣੀ ਕਿ ਇਹ ਕਹਿਣ ਦੀ ਹਿੰਮਤ ਨਹੀਂ ਇਹ ਕਹਿਣ ਦਾ ਹੌਸਲਾ ਨਹੀਂ ਕਰ ਸਕਦੇ ਵੀ ਸੰਪਰਦਾਇਆਂ ਦੇ ਡਰ ਕਰਕੇ ਟਕਸਾਲਾਂ ਦੇ ਡਰ ਕਰਕੇ ਬਾਬਿਆਂ ਦੇ ਡਰ ਕਰਕੇ ਅਸੀਂ ਰਹਿਤ ਮਰਯਾਦਾ ਨੂੰ ਦਰਬਾਰ ਸਾਹਿਬ ਚ ਲਾਗੂ ਨਹੀਂ ਕਰ ਸਕਦੇ ਗੱਲ ਟਕਸਾਲ ਦੀ ਮਰਿਆਦਾ ਹੈ ਹੋਰ ਕਿਸੇ ਦੀ ਮਰਿਆਦਾ ਨਹੀਂ ਹੈ ਜਦਕਿ ਜਵਾਬ ਤੇ ਇਹ ਬਣਦਾ ਪਿਆ ਸੀਗਾ ਵੀ ਸਿੱਖ ਰਹਿਤ ਮਰਯਾਦਾ ਦੇ ਵਿੱਚ ਔਰਤ ਔਰ ਮਰਦ ਦੋਨਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਹੈਗੀ ਦੋਨਾਂ ਵਿੱਚੋਂ ਕੋਈ ਵੀ ਕੀਰਤਨ ਕਰ ਸਕਦਾ ਪਰ ਜੇ ਦਰਬਾਰ ਸਾਹਿਬ ਚ ਕੀਰਤਨ ਬੀਬੀਆਂ ਨਹੀਂ ਕਰ ਰਹੀਆਂ ਤੇ ਇਹ ਰਹਿਤ ਮਰਯਾਦਾ ਦੀ ਉਲੰਘਣਾ ਹੋ ਰਹੀ ਆ ਔਰ ਇਹ ਉਲੰਘਣਾ ਇਸ ਵਾਸਤੇ ਹੋ ਰਹੀ ਆ ਕਿਉਂਕਿ ਉੱਥੇ ਸੰਪਰਦਾਇਆਂ ਦਾ ਪ੍ਰਭਾਵ ਆ ਟਕਸਾਲੀਆਂ ਦਾ ਪ੍ਰਭਾਵ ਆ ਸਾਧਾਂ ਦਾ ਪ੍ਰਭਾਵ ਆ ਜਾਣੀ ਕਿ ਉਹ ਨਹੀਂ ਕਿਹਾ ਉਹ ਕਹਿਣ ਦੀ ਬਜਾਏ ਇਹ ਕਹਿਤਾ ਕਹਿੰਦਾ ਮੈਂ ਹੁਣੇ ਕਹਿੰਦਾ ਰਹਿਤ ਮਰਯਾਦਾ ਪੜ੍ਹ ਕੇ ਆਇਆ ਕਹਿੰਦਾ ਉਹ 'ਚ ਹੀ ਲਿਖਿਆ ਹੋਇਆ ਵਾ ਵੀ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਜਿਹੜੀਆਂ ਹੈਗੀਆਂ ਕੀਰਤਨ ਨਹੀਂ ਕਰ ਸਕਦੀਆਂ ਜਾਣੀ ਕਿ ਇਹਦੇ ਤੋਂ ਵੱਡੀ ਗੁਲਾਮੀ ਆਪਾਂ ਜੇ ਕਹਿਣੀ ਹੋਵੇ ਹੋਰ ਉਹਦੀ ਉਦਾਹਰਨ ਆਪਾਂ ਹੋਰ ਕੀ ਲੱਭ ਸਕਦੇ ਪ੍ਰਚਾਰਕਾਂ ਦੀਆਂ ਵੀ ਨਾ ਗਿਆਨੀ ਜੀ ਸੈਂਕੜੇ ਉਦਾਹਰਣਾਂ ਇੱਦਾਂ ਦੀਆਂ ਮਿਲਦੀਆਂ ਚੰਗੇ ਚੰਗੇ ਪ੍ਰਚਾਰਕਾਂ ਨੂੰ ਮੈਨੂੰ ਇੱਦਾਂ ਕਥਾ ਜਾਣੀ ਬਹੁਤ ਸੁਣੀ ਆ ਅਸੀਂ ਬੈਠ ਕੇ ਮੂਹਰੇ ਹਾਂਜੀ ਚੰਗੇ ਵਿਦਵਾਨਾਂ ਦੀ ਹਾਂਜੀ ਬਹੁਤ ਵਾਰੀ ਇੱਦਾਂ ਵਾਪਰਦਾ ਹੁੰਦਾ ਸੀ ਵੀ ਜਿਹੜੀ ਪੰਕਤੀ ਸੁਣਾਉਂਦੇ ਸੀ ਨਾ ਜਿਹੜੀ ਉਹ ਗੱਲ ਕਰਦੇ ਸੀ ਜਾਂ ਜਿਹੜਾ ਉਹਨਾਂ ਦਾ ਕੰਟੈਕਸਟ ਹੁੰਦਾ ਪ੍ਰਸੰਗ ਹੁੰਦਾ ਸੀ ਉਹਦੇ ਨਾਲ ਪੰਕਤੀ ਦਾ ਕੋਈ ਲੈਣਾ ਦੇਣਾ ਨਹੀਂ ਸੀ ਬਿਲਕੁਲ ਫਿਰ ਜਾਂ ਕਈ ਵਾਰੀ ਪੰਕਤੀ ਦਸ ਮਗਰਾਂ ਦੀ ਪੰਕਤੀ ਬੇਨਤੀ ਚਪਈ ਦੇ ਵਿੱਚੋਂ ਸੁਣਾ ਦੇਣੀ ਕਹਿ ਦੇਣਾ ਵੀ ਤੀਜੇ ਪਾਤਸ਼ਾਹ ਨੇ ਗੁਰੂ ਸਾਹਿਬ ਨੇ ਆਹ ਗੱਲ ਕਹੀ ਆ ਬਿਲਕੁਲ ਫਿਰ ਉੱਥੇ ਸਮਝ ਆਉਂਦੀ ਸੀ ਵੀ ਨਹੀਂ ਨਾ ਤਾਂ ਉਹ ਆਪ ਇਸ ਗੱਲੋਂ ਸੀਰੀਅਸ ਆ ਸਿਰਫ ਇਹ ਹੁੰਦਾ ਵੀ ਘੰਟਾ ਅਸੀਂ ਬੋਲਣਾ ਆ ਉਹ ਘੰਟਾ ਪੂਰਾ ਕਰਨਾ ਕਿਸੇ ਤਰ੍ਹਾਂ ਬਸ ਹਾਈ ਆ ਜਿੱਦਾਂ ਹੁਣ ਇਹਨੇ ਵੀ ਹੁਣ ਸਿੱਖ ਰਹਿਤ ਮਰਯਾਦਾ ਦਾ ਨਾਮ ਲੈ ਦਿੱਤਾ ਹੁਣ ਬੀਬੀ ਨਿਰੁੱਤਰ ਹੋ ਗਈ ਅੱਗਿਓਂ ਵਿਚਾਰੀ ਵੀ ਕੀ ਕਹੇ ਹੁਣ ਬਜਾਏ ਇਹ ਕਹਿਣ ਦੀ ਵੀ ਰਹਿਤ ਮਰਯਾਦਾ ਕਿਹਨੇ ਬਣਾਈ ਆ ਹਨਾ ਵੀ ਜੇ ਹੁਣ ਅੱਗੇ ਕੋਈ ਪੜ੍ਹਿਆ ਹੁੰਦਾ ਜਿੱਦਾਂ ਉਹ ਜਿਹਨੇ ਰਹਿਤ ਮਰਯਾਦਾ ਪੜ੍ਹੀ ਹੁੰਦੀ ਉਹ 32 ਪੇਜ ਉਹਦੇ ਸਾਹਮਣੇ ਰੱਖ ਦਿੰਦੇ ਵੀ ਮੈਨੂੰ ਵੀ ਦਿਖਾ ਦੇ ਭਰਾਵਾ ਇਹਦੇ 'ਚ ਕਿੱਥੇ ਲਿਖਿਆ ਹੋਇਆ ਵਾ ਵੀ ਬੀਬੀਆਂ ਜਿਹੜੀ ਦਰਬਾਰ ਸਾਹਿਬ 'ਚ ਕੀਰਤਨ ਨਹੀਂ ਕਰ ਸਕਦੀਆਂ ਵੀ ਕਿੱਥੇ ਲਿਖਿਆ ਦਿਖਾ ਦੇ ਮੈਨੂੰ ਹਾਲਾਂਕਿ ਰਹਿਤ ਮਰਯਾਦਾ ਦੇ ਵਿੱਚ ਜਿਹੜੀ ਬਾਕੀ ਊਣ ਪਾਈਆਂ ਹੈਗੀਆਂ ਵਾ ਉਹਨਾਂ ਵੱਲ ਧਿਆਨ ਦੇਣਾ ਉਹ ਤਾਂ ਜੇ ਬਹੁਤ ਦੂਰ ਦੀ ਗੱਲ ਆ ਇਹ ਤਾਂ ਜੋ ਕੁਝ ਉਹਦੇ ਵਿੱਚ ਮਿਲਿਆ ਹੋਇਆ ਜੋ ਕੁਝ ਉਹ ਚ ਪਾਸ ਹੋਇਆ ਹੋਇਆ ਪ੍ਰਵਾਨ ਹੋਇਆ ਹੋਇਆ ਇਹ ਅਜੇ ਤੱਕ ਤੇ ਅਸੀਂ ਉਹਨੂੰ ਲਾਗੂ ਕਰਨ ਦੇ ਵੀ ਯੋਗ ਨਹੀਂ ਹੋ ਸਕੇ ਮੈਂ ਕਹਿੰਦਾ ਇਹ ਵੀ ਸ਼ੁਕਰ ਆ ਵੀ ਜਿੱਦਾਂ ਪ੍ਰੋਫੈਸਰ ਰੌਲਾ ਪਾਉਂਦਾ ਸੀ ਨਾ ਵੀ ਇੱਦਾਂ ਮਰਿਆਦਾ ਬਦਲੀ ਜਾਵੇ ਇਹ ਕਿਤੇ ਹੁਣ ਮਿਸ਼ਨਰੀ ਜਾਂ ਇਹ ਬੰਦੇ ਕਿਤੇ ਕਹਿ ਨਾ ਦੇਣ
ਉਹ ਚੰਗਾ ਹੋਇਆ ਨਹੀਂ ਬਦਲ ਹੋਈ ਅਜੇ ਤੱਕ ਮੈਂ ਨਹੀਂ ਹੁਣ ਮੈਂ ਕਹਿੰਦਾ ਜੇ ਇਦਾਂ ਮਿਸ਼ਨਰੀਆਂ ਨੇ ਕਰਕੇ ਉਹਨਾਂ ਨੇ ਨਾ ਨਾਲੇ ਤਾਂ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਗੱਲਾਂ ਪਵਾਉਣੀਆਂ ਵਿੱਚ ਬਿਲਕੁਲ ਸਾਰੀਆਂ ਨਾਲੇ ਨਾ ਇਹਨਾਂ ਦੇ ਮੰਨਣੀਆਂ ਪਈ ਇਹਨਾਂ ਨੇ ਸਿਹਾ ਦਿੱਤਾ ਸੀ ਬਿਲਕੁਲ 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 ਜਿੱਦਾਂ ਹੁਣ ਇਹ ਅਖੀਰ ਉਹਨਾਂ ਨਾਂ ਵਰਤ ਲੈਂਦੇ ਆ ਨਾ ਵੀ ਉਹਦੇ ਵਿੱਚ ਭਾਈ ਰਣਧੀਰ ਸਿੰਘ ਦਾ ਨਾਮ ਵੀ ਹੈਗਾ ਰਹਿਤ ਮਰਜ਼ਾਦਾ ਦੇ ਵਿੱਚ ਉਹ ਸ਼ੁਰੂ ਚ ਲਿਸਟ ਦਿੱਤੀ ਹੋਈ ਆ ਏਦਾਂ ਹੀ ਹੁਣ ਜਿਹੜੀ ਕੱਲ ਨੂੰ ਰਹਿਤ ਮਰਜ਼ਾਦਾ ਬਣਨੀ ਉਹਦੇ ਵਿੱਚ ਧੁੰਦਾ ਜਿਹਦਾ ਨਾਮ ਵੀ ਉਹਨਾਂ ਪਾਉਣਾ ਵਾ ਗੁਰਬਚਨ ਸਿੰਘ ਪਰਮਾ ਦਾ ਨਾਮ ਹੀ ਪਾਉਣਾ ਉਹ ਵੀ ਸਾਡੇ ਨਾਲ ਸਹਿਮਤ ਹੋਈ ਸੀ ਸਾਰੇ ਜਾਣੇ ਨਾਲੇ ਨਾਲੇ ਉੱਥੇ ਜਦ ਉਹਨੇ ਕਮੇਟੀ ਬਣਾ ਦੇਣੀ ਆ ਉਹਨੇ ਕਹਿਣਾ ਜੀ ਦੇਖੋ ਅਸੀਂ ਸੱਦਾ ਦਿੱਤਾ ਪ੍ਰਦਰਸ਼ਨ ਸਿੰਘ ਨੂੰ ਸੱਦਾ ਦਿੱਤਾ ਫਲਾਨੀ ਨੂੰ ਬਿਲਕੁਲ ਮੁੜ ਕੇ ਨਾ ਉਹ ਪਾ ਦੇਣੇ ਪਿਆ 30 ਬੰਦਿਆਂ ਦੀ ਸਲਾਹ ਦੇ ਨਾਲ ਇਹਨਾਂ ਨੂੰ ਸੱਦ ਕੇ ਕੀਤੀ ਆ ਇਹ ਕਹਿਣਗੇ ਅਸੀਂ ਤਾਂ ਗਏ ਨਹੀਂ ਉਹ ਕਹਿਣਗੇ ਤੁਹਾਡੀ ਮਰਜ਼ੀ ਜੇ ਨਹੀਂ ਗਏ ਤਾਂ ਉਹ ਜਿਹੜੀਆਂ ਗੱਲਾਂ ਹੁਣ ਨਹੀਂ ਹੋਈਆਂ ਕਸਰ ਆ ਉਹਨਾਂ ਦੀ ਉਹਨੀ ਉਹ ਸਾਰੀਆਂ ਵਿੱਚ ਪਾਉਣੀਆਂ ਅਗਲੀ ਵਾਰੀ ਬਿਲਕੁਲ ਪਰ ਆਹ ਸੁਣ ਕੇ ਮੈਨੂੰ ਹੈਰਾਨੀ ਹੋ ਰਹੀ ਸੀਗੀ ਵੀ ਜਿੱਦਾਂ ਏਡੇ ਵੱਡੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠਿਆ ਹੋਇਆ ਬੰਦਾ ਜਿਹੜਾ ਹੈਗਾ ਉਹਦੇ ਜਵਾਬ ਏਦਾਂ ਦੇ ਤੇ ਇਹਨਾਂ ਤੋਂ ਅਸੀਂ ਆਸ ਰੱਖਦੇ ਹਾਂ ਵੀ ਇਹ ਸਾਡੀ ਸਿੱਖੀ ਦੇ ਨਿਆਰੇਪਣ ਨੂੰ ਕਾਇਮ ਰੱਖਣਗੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਜਿਹੜਾ ਹੈਗਾ ਦੂਰ ਦੂਰ ਤੱਕ ਫੈਲਾਉਣਗੇ ਜਦਕਿ ਸਿੱਧੀ ਗੱਲ ਹੈਗੀ ਵੀ ਧਰਮ ਨਹੀਂ ਧੰਦਾ ਆ ਉਹ ਵੀ ਨਾਲੇ ਜਿੱਦਾਂ ਹੁਣ ਢੱਡੀਆਂ ਵਾਲਿਆਂ ਦੀ ਗੱਲ ਹੁੰਦੀ ਆ ਜਿਹੜੀ ਛਬੀਲ ਦੀ ਗੱਲ ਆ ਉਹ ਜਾਂ ਹੋਰ ਕੋਈ ਧੱਕਾ ਹੁੰਦਾ ਜਿੱਥੇ ਇੱਦਾਂ ਉੱਦਾਂ ਨਜਾਇਜ਼ ਉਹਦੇ ਬਾਰੇ ਜੇ ਅਸੀਂ ਸੋਚੀਏ ਵੀ ਲੀਡਰ ਕੋਈ ਆਪਣਾ ਸਟੈਂਡ ਲੈ ਲੈਣਗੇ ਆਪਣਾ ਓਪੀਨੀਅਨ ਦੱਸ ਦੇਣਗੇ ਕੋਈ ਸਟੇਟਮੈਂਟ ਦੇ ਦੇਣਗੇ 50 ਸਾਲ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਬਹੁਤ ਮੁਸ਼ਕਲ ਆ